ਪੰਜਾਬ ਵਿੱਚ ਜਿਸ ਤਰ੍ਹਾਂ ਖਾੜਕੂ ਫੜੇ ਗਏ ਹਨ ਉਹਨਾਂ ਨੂੰ ਲੈ ਕੇ ਮਜੀਠੀਆ ਦਾ ਕਹਿਣਾ ਹੈ ਕਿ ਇਹ ਚਿੰਤਾ ਦਾ ਵਿਸ਼ਾ ਹੈ ਕਿ ਡਰੋਨ ਦੇ ਰਸਤੇ ਇਹ ਹਥਿਆਰ ਪਹੁੰਚਾਏ ਗਏ ਹਨ। ਅਜਿਹਾ ਕੀ ਪਹਿਲੀ ਵਾਰ ਹੋਇਆ ਹੈ? ਇਹ ਇੱਕ ਨਾਜ਼ੁਕ ਮੁੱਦਾ ਹੈ। ਇਸੇ ਤਰ੍ਹਾਂ ਨਾਲ ਹੀ ਘੁਸਪੈਠ ਹੋਣੀ ਹੈ ਜਿਸ ਕਰਕੇ ਪੰਜਾਬ ਅਤੇ ਜੰਮੂ ਕਸ਼ਮੀਰ ਦੇ ਹਾਲਾਤ ਇਹ ਖਰਾਬ ਕਰਵਾਉਣਾ ਚਾਹੁੰਦੇ ਹਨ, ਜਿਸ ਲਈ ਚੁਕੰਨਾ ਰਹਿਣ ਦੀ ਜ਼ਰੂਰਤ ਹੈ। ਉਹਨਾਂ ਦਾ ਕਹਿਣਾ ਹੈ ਕਿ ਇਹ ਬਹੁਤ ਵਧੀਆ ਕੀਤਾ ਕਿ NIA ਨੂੰ ਜਾਂਚ ਦਿੱਤੀ ਗਈ ਹੈ। ਕੁਝ ਬੜਾ ਬਹੁਤ ਹੀ ਸੀਰੀਅਸ ਅਤੇ ਬੜਾ ਚਿੰਤਾ ਦਾ ਮਾਮਲਾ ਜਿਹੜੀ ਕੱਲ੍ਹ ਵਾਲੀ ਜਿਹੜੀ ਘਟਨਾ ਹੋਈ। ਕਦੇ ਅੱਜ ਤੱਕ ਮੈਂ ਕਈ ਜ਼ਿੰਮੇਵਾਰ ਪੁਲਿਸ ਵਾਲਿਆਂ ਨਾਲ ਗੱਲ ਵੀ ਕੀਤੀ, ਕੋਈ ਸਾਡੇ ਮਾਝੇ ਦਾ ਹੀ ਗੱਲ ਹੈ, ਮੈਨੂੰ ਵੀ ਇਸ ਗੱਲ ਦੀ ਬੜੀ ਚਿੰਤਾ ਕਿ ਡਰੋਨ ਰਾਹੀਂ ਜੋ ਲਿਖਿਆ ਗਿਆ, ਔਰ ਮੈਂ ਇਹ ਗੱਲ ਸਪੈਸ਼ਲੀ ਪੁੱਛੀ, ਮੈਂ ਕਿਹਾ ਕਿ ਇਹ ਅਖਬਾਰੀ ਖਬਰ ਹੈ ਕਿ ਇਹ ਫੈਕਟ ਹੈ? ਮੈਨੂੰ ਜੋ ਅਫਸਰ ਨੇ ਪੁਸ਼ਟੀ ਕੀਤੀ ਹੈ, ਕਹਿੰਦਾ ਜੀ ਇਹ ਫੈਕਟ ਹੈ। ਇਹ ਫਸਟ ਟਾਈਮ ਐਵਰ ਹੋਇਆ ਹੈ ਦੈਟ ਕੰਸਾਈਨਮੈਂਟ ਦੀ ਡਿਲੀਵਰੀ ਥਰੂ ਡਰੋਨ ਹੋਈ ਹੈ, ਔਰ ਇਹ ਬੜਾ ਹੀ ਸੀਰੀਅਸ ਚਿੰਤਾ ਦੀ ਗੱਲ ਹੈ ਕਿ ਜੇ ਇਸ ਤਰੀਕੇ ਤੱਕ ਇਸ ਤਰੀਕੇ ਨਾਲ ਘੁਸਪੈਠ ਹੋਣੀ ਹੈ, ਔਰ ਇਸ ਤਰੀਕੇ ਨਾਲ ਪਾਕਿਸਤਾਨ ਨੇ ਪੰਜਾਬ 'ਚ ਅਤੇ ਜੰਮੂ ਕਸ਼ਮੀਰ 'ਚ ਹਾਲਾਤ ਖਰਾਬ ਕਰਨ ਲਈ ਆਪਦਾ ਯੋਗਦਾਨ ਪਾਉਣਾ, ਔਰ ਇਹ ਜਿੰਨੇ ਲਿੰਕਸ ਨੇ ਇਹਦੇ 'ਚ, ਇੱਕ ਨੀਟਾ ਦਾ ਨਾਂ ਆਇਆ ਜਿਹੜਾ ਟੈਰਰਿਸਟ, ਉਹ ਕਿੱਥੇ ਬੈਠਿਆ? ਪਾਕਿਸਤਾਨ ਬੈਠਿਆ, ISI ਦੀ ਸ਼ਰਨ 'ਚ ਬੈਠਿਆ। ਇਹੋ ਜਿਹੇ ਲੋਕਾਂ ਨੂੰ ਵਰਤ ਕੇ ਪੰਜਾਬ ਦਾ ਮਾਹੌਲ ਖਰਾਬ ਕਰਨਾ, ਪੰਜਾਬ ਦੀ ਭਾਈਚਾਰਕ ਸਾਂਝ ਨੂੰ ਖਰਾਬ ਕਰਨਾ, ਇਹ ਬਹੁਤ ਹੀ ਸੀਰੀਅਸ ਔਰ ਬੜਾ ਡੇਂਜਰਸ ਟ੍ਰੈਂਡ ਹੈ, ਜਿਹਦੇ ਵਾਸਤੇ ਆਪਾਂ ਨੂੰ ਬਹੁਤ ਚੁਕੰਨੇ ਰਹਿਣਾ ਪੈਣਾ। ਔਰ ਮੈਂ ਸਮਝਦਾ NIA ਨੂੰ, ਜੇ ਪੰਜਾਬ ਪੁਲਿਸ ਨੇ ਆਈ ਥਿੰਕ ਦਿੱਤੀ ਇਨਵੈਸਟੀਗੇਸ਼ਨ, ਬਿਕੋਜ਼ ਦੇ ਆਰ ਆਲਸੋ ਵਰਿਡ, ਔਰ ਪੰਜਾਬ ਪੁਲਿਸ ਨੂੰ ਇਸ ਗੱਲ ਦਾ ਬੜਾ ਚਿੰਤਾ ਕਿ ਇਹ ਕੀ ਹੋ ਰਿਹਾ। ਸੋ ਇਹ ਹਾਲਾਤ ਓਬਵੀਅਸਲੀ ਇਹ ਨੋਰਮਲ ਹਾਲਾਤ ਨਹੀਂ ਹੈ, ਕਿਉਂਕਿ ਇਹ ਚੀਜ਼ਾਂ ਚਾਹੇ ਉਹ ਬੰਬ ਫਟੇ ਆ, ਚਾਹੇ ਉਹ ਅਟੈਕ ਕੁਛ ਸਮਾਂ ਪਹਿਲਾਂ ਹੋਇਆ ਸੀ, ਜਾਂ ਇਹ ਰਿਕਵਰੀ ਹੈ, ਤੁਸੀਂ ਉਹਦੇ 'ਚ ਉਹ ਵੈਪਨਸ ਦੀ ਫੋਟੋ ਵੇਖੋ, ਟੈਰਰਿਜ਼ਮ ਵੇਲੇ ਦੀ ਜਿਹੜੇ AK-47 ਸੀ ਉਹਨਾਂ ਦੇ ਹਾਲਾਤ ਵੇਖ ਲਓ, ਅਤੇ ਇਹਦਾ ਜਮ੍ਹਾਂ ਨਵੇਂ ਐਨ ਜਿਵੇਂ ਫਰੈਸ਼ ਕੰਸਾਈਨਮੈਂਟ ਲੱਗ ਰਹੀ, ਔਰ ਕੀ ਕੁਛ ਨਹੀਂ ਹੈ, ਸੈਟੇਲਾਈਟ ਫੋਨ ਤੱਕ ਉੱਥੇ ਦਿੱਤਾ ਗਿਆ। ਇਟਸ ਅ ਵੈਰੀ ਡੇਂਜਰਸ ਸਾਈਨ।